ਭਾਰਤੀ ਜਨਤਾ ਪਾਰਟੀ ਦੇ ਸਹਿਕਾਰੀ ਵਿੰਗ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ। ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਅਸਰ ਪੰਜਾਬ ਵਿੱਚ ਵੀ ਨਜ਼ਰ ਆਉਣ ਲੱਗ ਗਿਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵੱਲ ਰੁਖ ਕਰ ਰਹੇ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸਹਿਕਾਰੀ ਵਿੰਗ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ ਭਾਜਪਾ ਨੂੰ ਛੱਡ ਕੇ ਆਪਣੇ ਸਾਥੀਆਂ ਸਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਹੈ। ਪਿੰਡ ਵਡਾਲਾ ਵਿੱਚ ਆਮ ਆਦਮੀ ਪਾਰਟੀ ਹਲਕਾ ਖਰੜ ਦੇ ਵਲੰਟੀਅਰਾਂ ਦੀ ਇੱਕ ਮੀਟਿੰਗ ਦੌਰਾਨ ਰਘਵੀਰ ਸਿੰਘ ਨੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਅਤੇ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਆਮ ਆਦਮੀ ਪਾਰਟੀ ਦੇ ਹਲਕਾ ਖਰੜ ਦੇ ਇੰਚਾਰਜ ਨਰਿੰਦਰ ਸਿੰਘ ਸ਼ੇਰਗਿੱਲ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ। ਭਾਰਤੀ ਜਨਤਾ ਪਾਰਟੀ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਰਘਵੀਰ ਸਿੰਘ ਮੋਦੀ ਨੇ ਕਿਹਾ, ਦੇਖੋ ਪਾਰਟੀਆਂ ਦਾ ਸਾਰਿਆਂ ਨੂੰ ਪਤਾ ਹੀ ਹੈ ਜੀ, ਆਮ ਅੱਜ ਦਾ ਜਿਹੜਾ ਵਰਗ ਹੈ, ਅੱਜ ਦਾ ਲੋਕ, ਅੱਜ ਦਾ ਜਿਹੜੇ ਲੋਕ ਸਾਡੇ ਇਕੱਠੇ ਹੋਏ ਆ ਜਾਂ ਸਾਡੇ ਵੀਰ ਹੈਗੇ ਆ, ਇਹਨਾਂ ਨੂੰ ਸਾਰਾ ਕੁਝ ਪਾਰਟੀਆਂ ਬਾਰੇ ਪਤਾ ਹੈ, ਸਾਰੇ ਜਾਗਰੂਕ ਹੋ ਚੁੱਕੇ ਹੈ। ਤੇ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਨਿਊ ਦਿੱਲੀ ਅਰਵਿੰਦ ਕੇਜਰੀਵਾਲ ਜੀ, ਉਹਨਾਂ ਦੀ ਜਿਹੜੀ ਸੋਚ ਹੈ, ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਪਾਰਟੀ ਦੇ ਵਿੱਚ ਆਇਆ ਹੈ ਅਤੇ ਜਿੰਨੇ ਵੀ ਇਹਨਾਂ ਨੇ ਕੰਮ ਕੀਤੇ ਹੈ ਦਿੱਲੀ ਦੇ ਵਿੱਚ, ਮੈਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇਸ ਪਾਰਟੀ ਦੇ ਵਿੱਚ ਆਇਆ ਹੈ। ਅਤੇ ਬਾਕੀ ਜਿਹੜੀ ਸਾਡੀ ਇਹ ਸਾਡੇ ਜਿੰਨੇ ਵੀ ਸਾਰੇ ਸਾਥੀ ਆਏ ਹੈ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ। ਅੱਜ ਜਿਹੜੇ ਸਾਰੇ ਲੋਕ ਇਕੱਠੇ ਹੋਏ ਇੱਥੇ, ਅਤੇ ਜਿਹੜਾ ਅੱਜ ਸਾਡੇ ਮਾਣਯੋਗ ਸ਼੍ਰੀ ਨਰਿੰਦਰ ਜੀ ਸ਼ੇਰਗਿੱਲ ਜੀ ਆਏ ਨੇ, ਜਿਨ੍ਹਾਂ ਨੇ ਅੱਜ ਪਾਰਟੀ ਸਾਨੂੰ ਜੁਆਇਨ ਕੀਤੀ ਹੈ, ਅਤੇ ਮੈਂ ਇਹਦਾ ਵੀ ਬਹੁਤ ਧੰਨਵਾਦ ਕਰਦਾ। ਅਤੇ ਅੱਜ ਸੈਂਕੜੋ ਦੀ ਗਿਣਤੀ ਵਿੱਚ ਅਸੀਂ ਇੱਥੇ ਇਕੱਠ ਕੀਤਾ ਹੈ ਅਤੇ ਬਾਕੀ ਪਾਰਟੀ ਨੂੰ ਛੱਡ ਕੇ ਅਸੀਂ ਇਹਦੇ ਵਿੱਚ ਸ਼ਾਮਿਲ ਹੋਏ ਹਾਂ, ਕਿਉਂਕਿ ਉਹਨਾਂ ਦੀ ਜਿਹੜੀਆਂ ਗਤੀਵਿਧੀਆਂ ਸੀਗੀਆਂ ਬੜੀਆਂ ਗਲਤ ਸੀਗੀਆਂ। ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ, ਜੋ ਵੀ ਸਾਨੂੰ ਇਹ ਜ਼ਿੰਮੇਵਾਰੀ ਦੇਣਗੇ ਅਸੀਂ ਆਪਣੀ ਤਨ ਦਿਲੋਂ ਨਿਭਾਵਾਂਗੇ। ਜੋ ਵੀ ਇਹਨਾਂ ਨੇ ਗਰੀਬ ਲੋਕਾਂ ਲਈ ਕੀਤਾ ਹੈ, ਐਜੂਕੇਸ਼ਨ, ਹੈਲਥ ਅਤੇ ਸਕੂਲਾਂ ਦਾ, ਦੇਖੋ ਕਿੰਨਾ ਵਧੀਆ ਦਿੱਲੀ ਦੇ ਵਿੱਚ ਇਹਨਾਂ ਨੇ ਬਣਾਇਆ ਹੈਗਾ ਸਾਰਾ ਸਿਸਟਮ, ਅਤੇ ਬਿਜਲੀ ਪਾਣੀ ਫ੍ਰੀ ਕੀਤਾ ਹੋਇਆ ਹੈ, ਅਤੇ ਜਿਹੜਾ ਹੋਸਪਿਟਲ ਹੈ, ਹੋਸਪਿਟਲਾਂ ਦੇ ਵਿੱਚ ਕਿਸੇ ਦੀ ਪਰਚੀ ਨਹੀਂ ਲੱਗਦੀ ਹੈਗੀ, ਅਤੇ ਹੋਰ ਜੇ ਵੀ ਕੋਈ ਐਕਸੀਡੈਂਟ ਕੇਸ ਹੁੰਦਾ ਹੈ ਉਹਨੂੰ ਚੱਕ ਕੇ ਲਿਆਉਂਦੇ ਹਾਂ ਤਾਂ ਉਹਨੂੰ 2000 ਰੁਪਏ ਦਿੰਦੇ ਆ, ਇਹ ਤੋਂ ਵੱਡੀ ਗੱਲ ਕਿਆ ਹੋ ਸਕਦੀ ਹੈ। ਅਤੇ ਆਮ ਜਿੰਨਾ ਸਾਡਾ ਇੱਥੇ ਅੱਜ ਪੰਜਾਬ ਗਰਕਦਾ ਜਾ ਰਿਹਾ ਹੈ, ਉਹਨੂੰ ਬਾਹਰ ਕੱਢਣ ਦੇ ਲਈ ਇਸ ਪਾਰਟੀ ਦੇ ਨਾਲ ਆਉਣਾ ਬਹੁਤ ਜ਼ਰੂਰੀ ਸੀਗਾ। ਸੋ ਮੈਂ ਇਸ ਪਾਰਟੀ ਨਾਲ ਆਇਆ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਰੜ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦਾ ਸਮੁੱਚੇ ਪੰਜਾਬ ਵਾਸੀਆਂ ਨੂੰ, ਕਿਉਂਕਿ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਜਿਹੜਾ ਪਹਿਲੀ ਵਾਰ ਕੰਮ ਦੇ ਆਧਾਰ 'ਤੇ ਲੋਕਾਂ ਨੇ ਵੋਟਾਂ ਪਾ ਕੇ ਇੱਕ ਦਿੱਲੀ ਦੇ ਵਿੱਚ ਜਿਹੜਾ ਉਹਨਾਂ ਨੂੰ ਰਾਜ ਭਾਗ ਸੌਂਪਿਆ, ਉਹ ਵੀ ਬਹੁਤ ਵੱਡੀ ਮਾਰਜਨ ਨਾਲ ਸੌਂਪਿਆ, ਅਤੇ ਪਹਿਲੀ ਵਾਰ ਹੋਇਆ ਵੀ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਵੰਡੀਆਂ ਪਾਉਣ ਵਾਲੇ ਦੋਨਾਂ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਪਛਾੜ ਕੇ ਸਾਡੀ ਆਮ ਆਦਮੀ ਪਾਰਟੀ ਨੇ ਜਿਹੜਾ ਮਿਸਾਲ ਕਾਇਮ ਕੀਤੀ ਹੈ ਦਿੱਲੀ ਦੇ ਵਿੱਚ, ਅਸੀਂ ਚਾਹੁੰਦੇ ਹਾਂ ਕਿਉਂਕਿ ਪੰਜਾਬ ਜਿਹੜੀ ਸੂਰਬੀਰਾਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਜਿਸ ਦੇ ਵਿੱਚੋਂ ਕੋਈ ਵੀ ਜਿਹੜੀ ਲਹਿਰ ਹੈ ਪੰਜਾਬ ਤੋਂ ਸ਼ੁਰੂ ਹੁੰਦੀ ਰਹੀ ਹੈ, ਅਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਵੀ ਆਉਣ ਵਾਲਾ ਸਮਾਂ 2022 ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਅਗਵਾਈ ਦੇ ਵਿੱਚ, ਹਰਪਾਲ ਸਿੰਘ ਚੀਮਾ ਜੀ ਦੀ ਅਗਵਾਈ ਦੇ ਵਿੱਚ ਸਾਡੀ ਸਮੁੱਚੀ ਲੀਡਰਸ਼ਿਪ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਹੜੇ ਇਹ ਗਰੀਬ ਲੋਕ, ਜਿਹੜੇ ਆਮ ਲੋਕ ਹੈ ਉਹਨਾਂ ਦੀ ਸਰਕਾਰ ਹੈ, ਉਹ 2022 ਦੇ ਵਿੱਚ ਬਣ ਜਾ ਰਹੀ ਹੈ। ਇੱਕ ਬਹੁਤ ਖੁਸ਼ੀ ਦੀ ਗੱਲ ਹੈ, ਮਾਣ ਵਾਲੀ ਗੱਲ ਆ, ਅੱਜ ਸੈਂਕੜੇ ਬੰਦਿਆਂ ਦਾ ਕਾਫਲਾ ਬਾਈ ਮੋਦੀ ਜੀ ਦੀ ਅਗਵਾਈ ਦੇ ਵਿੱਚ, ਜਿਹੜੇ ਬੀਜੇਪੀ ਦੇ ਬਹੁਤ ਸਾਰੇ ਅਹੁਦਿਆਂ 'ਤੇ ਵੱਖ ਵੱਖ ਸਮੇਂ 'ਤੇ ਬਹੁਤ ਵੱਡਾ ਇਹਨਾਂ ਕੋਲ ਤਜਰਬਾ, ਹੋਰ ਵੀ ਬਹੁਤ ਸਾਰੇ ਲੀਡਰ ਵੱਖ ਵੱਖ ਜਿਹੜੇ ਸੰਸਥਾਵਾਂ ਤੋਂ, ਸਾਡੇ ਨਾਲ ਐਜੂਕੇਸ਼ਨ ਬੋਰਡ ਤੋਂ, ਬਿਜਲੀ ਬੋਰਡ ਤੋਂ, ਜਿਹਨਾਂ ਕੋਲ ਬਹੁਤ ਲੰਬਾ ਤਜਰਬਾ, ਉਹ ਅੱਜ ਸਾਡੇ ਵਿੱਚ ਸ਼ਾਮਲ ਹੋਏ ਨੇ, ਅਤੇ ਨੌਜਵਾਨ ਵੀਰ ਬਹੁਤ ਵੱਡੀ ਤਾਦਾਦ ਵਿੱਚ, ਸਾਡੀਆਂ ਮਾਤਾਵਾਂ, ਭੈਣਾਂ, ਸਾਡੇ ਛੋਟੇ ਛੋਟੇ ਬੱਚੇ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਜਿਹੜਾ ਖਰੜ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਜਿਹੜਾ ਹੜ੍ਹ ਹੈ
ਉਹ ਨੌਜਵਾਨ ਵੀਰਾਂ ਦਾ, ਬੱਚਿਆਂ ਦਾ, ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਜਿਹੜਾ ਆਇਆ ਸਾਡੇ ਲਈ ਮਾਣ ਵਾਲੀ ਗੱਲ ਹੈ। ਅਤੇ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇੱਕ ਸਾਫ਼ ਸੁਥਰੀ ਸਰਕਾਰ, ਨਾ ਬਿਜਲੀ ਦਾ ਬਿੱਲ, ਨਾ ਪਾਣੀ ਦਾ ਬਿੱਲ, ਸਰਕਾਰੀ ਸਕੂਲ ਇੱਦਾਂ ਦੇ 5 ਤਾਰਾ ਹੋਟਲਾਂ ਵਰਗੇ, ਨਾ ਬੱਚਿਆਂ ਦੀ ਕੋਈ ਫੀਸ, ਨਾ ਹੀ ਕੋਈ ਇਲਾਜ ਦਾ ਤੁਸੀਂ ਪੈਸਾ ਦੇਣਾ, ਨਾ ਹੀ ਬੱਸ ਸਫ਼ਰ ਸਾਡੀਆਂ ਧੀਆਂ ਭੈਣਾਂ ਨੂੰ ਕੋਈ ਪੈਸਾ ਦੇਣਾ। ਅਸੀਂ ਉੱਦਾਂ ਦੀ ਸਰਕਾਰ ਆ ਜਿਹੜੀ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਸਮੁੱਚੀ ਪ੍ਰੈਸ ਦਾ ਟਾਈਮ ਕੱਢ ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਖਰੜ ਤੋਂ ਸ਼ਮਿੰਦਰ ਸਿੰਘ ਦੀ ਰਿਪੋਰਟ।